ਈ ਰਿਕਸ਼ਾ ਚਾਲਕਾਂ ਦੀਆਂ ਡਰਾਈਵਿੰਗ ਨੂੰ ਲੈ ਕੇ ਅਣਗਹਿਲੀਆਂ ਵਰਤੀਆਂ ਜਾ ਰਹੀਆਂ ਨੇ, ਜੋ ਦਿਨੋ ਦਿਨ ਹਾਦਸੇ ਵਾਪਰ ਰਹੇ ਨੇ ਅਤੇ ਬਾਜ਼ਾਰ ਦੇ ਵਿੱਚ ਵੀ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ। ਥੋੜ੍ਹੇ ਦਿਨ ਪਹਿਲਾਂ ਵੀ ਸੈਸ਼ਨ ਚੌਕ ਦੇ ਨਜ਼ਦੀਕ ਇੱਕ ਈ ਰਿਕਸ਼ਾ ਚਾਲਕ ਵੱਲੋਂ ਐਕਸੀਡੈਂਟ ਕੀਤਾ ਗਿਆ ਸੀ। ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਸੀ, ਖੜ੍ਹੀ ਕਾਰ ਦੇ ਵਿੱਚ ਟੱਕਰ ਮਾਰੀ ਗਈ ਸੀ। ਅਤੇ ਹੁਣ ਤੁਸੀਂ ਇਹ ਜਿਹੜੀ ਤਸਵੀਰਾਂ ਦੇਖ ਰਹੇ ਹੋ, ਇਹ ਗੌਰਮੈਂਟ ਕਾਲਜ ਚੌਂਕ ਦੀਆਂ ਹਨ, ਜਿੱਥੇ ਈ ਰਿਕਸ਼ਾ ਚਾਲਕ ਵੱਲੋਂ ਬੜੀ ਅਣਗਹਿਲੀ ਨਾਲ ਕ੍ਰੋਸਿੰਗ ਕੀਤੀ ਗਈ ਹੈ, ਔਰ ਉੱਥੇ ਟ੍ਰੈਫਿਕ ਲਾਈਟਸ ਜਿਹੜੀਆਂ ਹੈਗੀਆਂ ਨੇ ਉਹ ਵੀ ਬੰਦ ਨੇ, ਜਿਨ੍ਹਾਂ ਕਰਕੇ ਕੋਈ ਵੀ ਉੱਥੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਲਿਸ ਕਰਮਚਾਰੀ ਜੋ ਹੈ ਉਹ ਅਣਗਹਿਲੀ ਵਰਤ ਰਹੇ ਨੇ। ਅਤੇ ਦੇਖਣ ਵਿੱਚ ਆਇਆ ਕਿ ਇਸ ਈ ਰਿਕਸ਼ਾ ਚਾਲਕ ਨੇ ਕੁਛ ਸਕੂਲ ਦੇ ਬੱਚੇ ਜੋ ਨੇ ਉਹ ਈ ਰਿਕਸ਼ਾ ਦੇ ਵਿੱਚ ਬਿਠਾਏ ਹੋਏ ਨੇ। ਜੋ ਪੇਰੈਂਟਸ ਨੇ ਉਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਈ ਰਿਕਸ਼ਾ ਵਿੱਚ ਆਪਣੇ ਬੱਚਿਆਂ ਨੂੰ ਨਾ ਭੇਜੋ, ਤਾਂ ਜੋ ਆਪਣੇ ਬੱਚਿਆਂ ਦੀ ਸੇਫਟੀ ਇਹ ਤੁਹਾਡੇ ਆਪਣੇ ਹੱਥ ਵਿੱਚ ਹੀ ਹੈ। ਅਤੇ ਇਹ ਜਿਹੜੇ ਈ ਰਿਕਸ਼ਾ ਚਾਲਕ ਨੇ ਉਹ ਬੜੀ ਅਣਗਹਿਲੀ ਨਾਲ ਡਰਾਈਵਿੰਗ ਕਰਦੇ ਨੇ, ਅਤੇ ਕਿਸੇ ਬੱਚੇ 'ਤੇ ਸੱਟ ਚੋਟ ਵੀ ਲੱਗ ਸਕਦੀ ਹੈ ਅਤੇ ਕੋਈ ਭਿਆਨਕ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ। ਸੋ GBC ਅਪਡੇਟ ਵੱਲੋਂ ਇਹ ਆਮ ਜਨਤਾ ਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਬੱਚਿਆਂ ਦੀ ਸੇਫਟੀ ਜੋ ਹੈ ਉਹ ਤੁਹਾਡੇ ਆਪਣੇ ਹੱਥ ਵਿੱਚ ਹੀ ਹੈ, ਜਿਸ ਨੂੰ ਈ ਰਿਕਸ਼ਾ ਚਾਲਕਾਂ ਦੇ ਹੱਥ ਆਪਣੇ ਬੱਚਿਆਂ ਨੂੰ ਨਾ ਭੇਜੋ। ਸੋ ਆਪ ਉਹਨਾਂ ਨੂੰ ਕਿਤੇ ਜਿੱਥੇ ਵੀ ਪਹੁੰਚਾਉਣਾ ਹੋਵੇ ਜ਼ਿੰਮੇਵਾਰੀ ਨਾਲ ਆਪ ਖੁਦ ਲੈ ਕੇ ਜਾਓ। ਧੰਨਵਾਦ। ਭਾਈ ਕੀ ਗੱਲ ਹੋਈ ਅੰਕਲ ਜੀ, ਕੀ ਗੱਲ ਹੋਈ ਜੀ?